ਆਕਾਸ਼ਵਾਨੀ ਜਮੂ ਹੈ ਉਨਤਸ ਅੰਜੂ ਵਾਲਾ ਕੋਲਾ ਖਬਰਾਂ ਸੁਨੋ ਪ੍ਰਧਾਨ ਮੰਤਰੀ ਨરેન્દ્ર મોદી ਹੋਰੇ ਗਲਾਇਆ ਜੇ ਭਾਰਤ ਦੀ ਆਰਥਿਕ ਵਿਵਸਥਾ ਦਾ ਲੰਮੇ ਸਮੇਂ თਮਾ ਵਿਸ਼ਵ ਸਤਰ ਉਪਰ ਇੱਕ ਸਨਾਕੜਾ ਥਾਰ ਰਿਹਾ ਹੈ ਤੇ ਜੇਕਰ ਦੁਨੀਆ ਦੀ ਅੜਚਨੇ ਤੇ ਬਹੁ ਆਯਾਮੀ ਅਸਰ ਦਾ ਸਾਹਮਣਾ ਕਰਨਾ ਪਵਾ ਕਰਦਾ ਤਾਂ ਵੀ ਇਹ ਜਾਰੀ ਰਹੋਗ 9 ਸਤੰਬਰ თਮਾ ਨਵੀਂ ਦਿੱਲੀ ਚ ਹੋਨੇ ਵਾਲੀ ਜੀ 20 ਸ਼ਿਖਰ ਸੰਮੇਲਨ თਮਾ ਪਹਿਲੀ ਪਹਿਲੇ ਪ੍ਰਧਾਨ ਮੰਤਰੀ ਹੋ ਰਹੇ ਨਵੀਂ ਦਿੱਲੀ ਚ ਇੱਕ ਨਿਜੀ মিডিਆ ਸੰਗਠਨ ਨੇ ਗੱਲਬਾਤ ਕਰਦਿਓ ਇਹ ਗਲਾਇਆ ਜੇ ਸਰਕਾਰ ਨੇ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਦਾ ਰਵਈਏ ਦਾ ਪਿਛਲੇ ਸਾਲ ਥਮਾ ਦੇਸ਼ ਚ ਇਸ ਪ੍ਰਯਾਸ ਦਾ ਪਾਲਨ ਕੀਤਾ ਹੈ ਉਹਨੇ ਆਖਿਆ ਜੇ ਇਸ ਲੈ ਮੁਲਕਾਂ ਦੀ ਇਕਜੁੱਟ ਕਰੀ ਹੈ ਤਰੱਕੀ ਕਰਨੇ ਤੇ ਤਰੱਕੀ ਦੇ ਫਲ ਗੀ ਖਿਰੀ ਮੀਲ ਤੱਕਰ ਪਜਾਰੇ ਚ ਬਜਾਣੇ ਦਾ ਅਲ ਅਸਲ ਕੀਤਾ ਹੈ ਪ੍ਰਧਾਨ ਮੰਤਰੀ ਹੋ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਜੇ ਭਾਰਤ ਨੇ ਜਿਸ ਲੈ ਜੀ 20 ਲਈ ਆਪਣਾ এজেন্ডਾ ਤਿਆਰ ਕੀਤਾ ਹ ਤਾਂ ਉਹਦਾ ਸਾਰ ਭੂਮਿਕ ਤੌਰ 'ਤੇ ਸਵਾਗਤ ਕੀਤਾ ਗਿਆ ਹ ਕੀ ਜੇ ਹਰ ਕਿਸੇ ਕੀ ਪਤਾ ਹੈ ਜੇ ਭਾਰਤ ਵਿਸ਼ਵ ਵਿਸ਼ਵ ਸਤਰ ਦੇ ਬੁੱਦੇ ਲਈ ਹਾਲ ਤੁਪਣੇ ਚ ਮਦਦ ਦੇਣੇ ਲਈ ਆਪਣਾ ਸਕਰੀਏ ਤੇ ਸਕਾਰਾਤਮਕ ਕਰਵਾਈ ਆ ਲਈ ਹੈ ਔਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰੇ ਅੱਜ ਦੋ ਦਿਨੇ ਦੇ ਦੌਰੇ ਪਰ ਇੰਡੋਨੇਸ਼ੀਆ ਨਿਕਲੰਗਨ ਤੇ ਬੀਮੀ ਆਸੀਆਨ ਭਾਰਤੀ ਸ਼ਿਖਰ ਸੰਮੇਲਨ ਤੇ 18ਵੇਂ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਚ ਇਸਾ ਲੈਂਗਨ ਇਹਨਾਂ ਦੋਵਾਂ ਸ਼ਿਖਰ ਸੰਮੇਲਣੇ ਦੀ ਮੇਜਬਾਨੀ ਜਕਰਤਾ ਚ ਆਸੀਆਨ ਦੇ ਮੌਜੂਦਾ ਚੇਅਰਮੈਨ ਇੰਡੋਨੇਸ਼ੀਆ ਅਸਿਆ ਕੀਤਾ ਜਾਗ ਕੱਲ ਸਈਆਂ ਨਵੀਂ ਦਿੱਲੀ ਚ ਮੀਡੀਆ ਗੀਕ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰੀ ਤਰਾਲੇ ਦੇ ਸਚੀਵੋ ਨੇ ਆਖਿਆ ਜੇ ਆਸੀਆਨ ਭਾਰਤ ਦੇ ਬੀਮੇ ਸ਼ਿਖਰ ਸੰਮੇਲਨ ਪਿਛਲੇ ਬਰੇ ਭਾਰਤ ਆਸਿਆਨ ਦੇ ਰਿਸ਼ਤੇ ਦੀ ਇੱਕ ਵਿਆਪਕ ਰਾਜਨੀਤਿਕ ਸਾਂਝੇਦਾਰੀ ਚ ਉੱਚੀ ਦੇਣੇ ਵਾਲਾ ਉਚਾਈ ਦੇਣੇ ਵਾਲਾ ਪਹਿਲਾ ਸ਼ਿਖਰ ਸੰਮੇਲਨ ਹੈ ਉਹਨੇ ਆਖਿਆ ਜੀ ਇਸ ਸ਼ਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਆਸਿਆਨ ਪਾਰ ਦੇ ਸਰਵੰਦੇਸ਼ ਚ ਤਰੱਕੀ ਦੀ ਸਮੀਖਿਆ ਕਰਾਂਗਾ ਨਾ ਸਚੀਵ ਹੋ ਰਹੇ ਗਲਾਇਆ ਜੀ ਜੀ20 ਸ਼ਿਖਰ ਸੰਮੇਲਨ ਚ ਇਹ ਪ੍ਰਧਾਨ ਮੰਤਰੀ ਉੰਦੀ ਉਹਦਾ ਨਿੱਕਾ ਜਨੇਯਾ ਦौराਇਆ ਉਹਨੇ ਆਖਿਆ ਜੀ ਸ਼ਿਖਰ ਸੰਮੇਲਨ ਦੌਰਾਨ ਪੂਰਵੀ ਏਸ਼ੀਆ ਸ਼ਿਖਰ ਸੰਮੇਲਨ ਕੀ ਹੋਰ ਮਤਾ ਮਜ਼ਬੂਤ ਕਰਨੇ ਤੇ ਤਰੱਕੀ ਉੱਪਰ ਚਰਚਾ ਕਰਾਂਗਾ ਨਾ ਤੇ ਕਿਹਾ ਗਿਆ ਖੇਤਰੀਏ ਤੇ ਅੰਤਰਰਾਸ਼ਟਰੀ ਮਾਮਲੇ ਉੱਪਰ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕਰੰਗਣ G20 ਮੁਲਖੇ ਦੇ ਮਾਲੀ ਪ੍ਰਤੀਨਿਧੀਆਂ ਦੀ ਬੈਠਕ G20 ਨੇਤਾਵਾਂ ਦੇ ਸ਼ਿਖਰ ਸੰਮੇਲਨ ਤੋਂ ਪਹਿਲੇ ਨਵੀਂ ਦਿੱਲੀ 'ਚ ਸ਼ਨੀਵਾਰੇ ਤੇ ਐਤਵਾਰੇ ਪ੍ਰਗਤੀ ਮੈਦਾਨ 'ਚ ਹੋਗ। ਪ੍ਰਤੀਨਿਧੀਆਂ ਨੇ ਭਾਰਤ ਦੀ G20 ਅਧਿਖਸ਼ਤਾ ਤਹਿਤ G20 ਮਾਲੀ ਟਰੈਕ ਵਰਕਿੰਗ ਗਰੁੱਪ 2023 ਦੇ ਨਤੀਜੇ 'ਤੇ ਖਿਰੀ ਰੂਪ ਦੇਣੇ ਉੱਪਰ ਵਿਚਾਰ ਕੀਤਾ। ਸਦੱਸੇ ਵਿਕਾਸ ਲਕਸ਼ੇ ਲਈ ਮਾਲੀ ਪੋਸ਼ਣ ਬਾਰੇ ਵੀ ਚਰਚਾ ਕੀਤੀ। ਜਿਸ ਵਿੱਚ ਇੱਕ ਸਥਾਈ ਤੇ ਲਚੀਲੀ ਵਿਸ਼ਵ ਸਥਰ ਉੱਪਰ ਅਰਥ ਵਿਵਸਥਾ ਦੇ ਵਿਕਾਸ 'ਚ ਸੁਬਿਧਾ ਆਸਥਾ ਜਲਵਾਜੂ ਲਈ ਕਾਰਵਾਈ ਵੀ ਸ਼ਾਮਲ ਹੈ ਇਸ ਮੈਟਕ 'ਚ ਅਮਰੀਕਾ ਬ੍ਰਿਟੇਨ ਯੂਏਈ ਕਾਉਂਸਲ ਆਫ ਈਯੂ ਤੇ ਸਪੇਨ ਸਮੇਤ ਸਦਸੇ ਮੁਲਕੇ ਵੀ ਮਾਲੀ ਪ੍ਰਤੀਨਿਧੀਆਂ 'ਚ ਹਿੱਸਾ ਲੈਂਤਾ ਜੀ 20 ਸ਼ਿਖਰ ਸੰਮੇਲਨ 'ਚ 8 ਤੋਂ 10 ਸਤੰਬਰ ਤੋੜੀ ਪ੍ਰਗਤੀ ਮੈਦਾਨ 'ਚ ਭਾਰਤ ਮੰਡਪਮ 'ਚ ਇੱਕ ਕਰਾਫਟ ਬਾਜ਼ਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਕਰਾਫਟ ਬਾਜ਼ਾਰ 'ਚ ਭਾਰਤੀ ਰਾਜੇ ਦੇ ਬਕਵਕ ਇਸ ਸਥਾ ਮ ਦਸਤਕਾਰੀ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਗ ਜਿਦੇ ਚ ਇੱਕ ਜ਼ਿਲ੍ਹਾ ਇੱਕ ਉਤਪਾਦ ਜੀ ਆਈ ਟੈਗ ਕੀਤੀ ਗਏ ਦੀ ਚੀਜ਼ੇ ਮਹਿਲਾਇਆਂ ਤੇ ਕਾਵਲ ਕਾਰੀਗਰੇ ਆਸੀਆਂ ਤਿਆਰ ਕੀਤੀ ਗਏ ਦੇ ਉਤਪਾਦਾਂ ਉਪਰ ਖਾਸ ਧਿਆਨ ਦਿੱਤਾ ਜਾਗ ਕ੍ਰਾਫਟ ਬਾਜ਼ਾਰ ਛੜਾ ਮੇਡ ਇਨ ਇੰਡੀਆ ਦਾ ਗੈ ਪ੍ਰਚਾਰ ਕਰਗ ਇਹਦੇ ਕੰਨਿਆ ਗਏ ਭਾਰਤੀ ਉਤਪਾਦਾਂ ਤੇ ਕਾਰੀਗਰੇਂ ਗੀ ਵਿਸ਼ਵ ਸਤਰ ਉਪਰ ਆਰਥਿਕ ਤੇ ਬਾਜ਼ਾਰ ਦੇ ਨਵੇਂ ਮੌਕੇ ਥੋਂਗਣਾ ਭਾਰਤ ਨੇ ਪਿਛਲੇ ਸ਼ਰੇ 4 ਬਰੇਚ 13 ਕਰੋੜ ਕੋਲਾ ਮਤੇ ਗ੍ਰਾਮੀਣ ਪਰਿਵਾਰਾਂ ਦੀ ਨਲਕੇ ਰਾਏ ਪਾਣੀ ala ਸਾਫ ਪਾਣੀ ਉਪਲਬਧ ਕਰਾਉਣੇ ਦਾ ਮਹੱਤਵਪੂਰਨ ਮੀਲ ਦਾ ਪੱਥਰ ਪਾਰ ਕਰ ਹੀ ਲੱਤਾ ਹੈ ਇਹ ਜਾਣਕਾਰੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਹੋਰੇ ਦਿੱਤੀ ਉਹਨੇ ਆਖਿਆ ਜੇ ਹਰ ਜਲ ਜਲ ਸਕੀਮ ਤਹਿਤ ਇਹ ਆંકੜਾ ਛੜੇ ਚੋਂ ਬਰੇਜ ਕੇ ਅਸਲ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਿੰਦਰ ਮੋਦੀ ਹੋ ਨੇ 2019 ਚ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਕੀਤੀ ਹੀ ਜਿਹਦਾ ਮਕਸਦ 2024 ਤੱਕ ਕਰ ਮੁਲਖਿਆ ਦੇ ਹਰ ਇੱਕ ਘਰ ਐ ਤੋੜੀ ਨਲਕੇ ਰਾਏ ਪਾਣੀ ਵਾਲਾ ਸਾਫ ਪਾਣੀ ਪਹੁੰਚਾਣਾ ਹੈ ਇਸ ਮਿਸ਼ਨ ਦੇ ਸ਼ੁਰੂ ਹੋਣੇ ਪਰ ਮੁਲਖਿਆ ਦੇ ਗ੍ਰਾਮੀਣ ਇਲਾਕੇ ਚ ਛੜੇ 3 ਕਰੋੜ ਘਰਾਂ ਤੱਕ ਰ ਗਿਆ ਨਲਕੇ ਰਾਏ ਪਾਣੀ ਉਪਲਬਧ ਹੋਆ ਕਰਦਾ ਹੈ ਤੇ ਅੱਜ ਇਹ ਆંકੜਾ 13 ਕਰੋੜ ਕੋਲਾ ਉੱਪਰ ਪੁੱਜੀ ਗਿਆ ਹੈ ਉਹਨੇ ਆਖਿਆ ਜੀ ਉਹਨਾਂ ਭਾਰਤ ਦੇ ਗ੍ਰਾਮੀਣ ਇਲਾਕਿਆਂ 'ਚ 67% ਪਰਿਵਾਰਾਂ 'ਗੇ নলਕੇ ਰਾਏ ਸਾਫ ਪਾਣੀ ਉਪਲਬਧ ਕਰਵਾ ਕਰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਹੈ 13 ਕਰੋੜ ਦਾ ਇਹ ਆંકੜਾ ਪਾਰ ਕਰਨੇ ਪਰ ਲੋਕਾਂ 'ਗੀ ਮੁਬਾਰਕਬਾਦ ਦਿੱਤੀ ਹੈ ਤੇ ਆਖਿਆ ਹੈ ਜੀ ਜਲ ਜੀਵਨ ਮਿਸ਼ਨ ਲੋਕਾਂ 'ਗੀ ਸਾਫ ਸੁਥਰਾ ਤੇ ਸਖੱਲਾ ਜੀਵਨ ਜਿਨੇ ਲਈ ਮੌਲ ਉਪਲਬਧ ਕਰਵਾ ਕਰਦਾ ਹੈ ਜ਼ਿਲ੍ਹਾ ਵਿਕਾਸ ਕਮਿਸ਼ਨਰ ਪੁਂਚ ਯਾਸੀਨ ਐਮ ਚੋਦਰੀਓਂ ਦੀ ਅਦਕਸ਼ਤਾ 'ਚ ਕੱਲ ਸੜਕਾਂ ਤੇ ਇਮਾਰਤਾਂ ਦੇ ਵਿਭਾਗ ਦੇ ਪਰਤੀਏ ਬਣਾਏ ਗਏ ਤੇ ਜ਼ਿਲ੍ਹਾ ਪੂੰਜੀਗਤ ਖਰਚ ਬਜਟ ਤਹਿਤ ਅਸਲ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਕ ਬੈਠਕ ਦੀ ਅਦਕਸ਼ਤਾ ਕੀਤੀ ਅਸਰਦਾਰ ਸਹਿਯੋਗ ਤੇ ਸੂਬ ਵਿਵਸਥਿਤ ਪ੍ਰਤੀਕਿਰਿਆਾਂਗੀ ਯਕੀਨੀ ਬਣਾਉਣ ਲਈ ਡੀਡੀਸੀ ਨੇ ਔਰਨੇ ਵਿਭਾਗ ਦੇ ਸਭ ਨੇ ਪ੍ਰਧਾਨੇਗੀ ਨਿਰਦੇਸ਼ ਦਿੱਤਾ ਜੇ ਉਹ ਸਭ ਨੇ ਸਰਵੰਦੀ ਰਿਕਾਰਡਿੰਗ ਤੇ ਦਸਤਾਵੇਜ਼ ਜੇਗੀ ਫੋਰਨ ਆਈ ਐਂਡ ਬੀ ਵਿਭਾਗੇ ਜਮਾ ਕਰਵਾਣਾ ਆਈ ਐਂਡ ਬੀ ਵਿਵਾ ਗੰਗੀ ਹਿਦਾਇਤ ਦਿੱਤੀ ਗਈ ਹੈ ਜੇ ਉਹ ਗੁਣਵੱਤਾ ਕੰਨੈ ਸਮਝੋਤਾ ਕੀਤੇ ਬਿਨਾਂ ਜਾਰੀ ਪ੍ਰਯੋਜਨਾਆਂ ਦੀ ਰਫ਼ਤਾਰ ਗੀ ਤੇਜ਼ ਕਰਨ ਡੀਡੀਸੀ ਨੇ ਲੋਕਾਂ ਕੀ ਭਰੋਸਾ ਦਵਾਇਆ ਜੇ ਪ੍ਰਯੋਜਨਾਆਂ ਗੇ ਪੂਰਾ ਕਰਨੇ ਚ ਤੇਜ਼ੀ ਆਣਨੇ ਲਈ ਹਰ ਚਾਲੀ ਦੀ ਕੋਸ਼ਿਸ਼ ਕੀਤੀ ਜਾਗ ਜਿਹਦੇ ਕੰਨੈ ਪੁੰਛ ਦੇ ਰੋਣੇ ਵਾਲੇ ਸਾਰੇ ਬੁਨਿਆਦੀ ਢਾਂਚੇ ਤੇ ਜੀਵਨ ਦੀ ਗੁਣਵੱਤਾ ਚ ਸੁਧਾਰ ਹੋਗ ਦੇ ਕੰਨੈ ਖਬਰੇਦਾਰੀ ਬੁਲੇਟਿਨ ਸਮਾਪਤ ਹੋ